ਕੋਈ ਰਿਹਾ ਕਿ ਚੰਨੀ ਨੂੰ ਬਦਲ ਦਿੱਤਾ ਗਿਆ ਜਾਂ ਕਿਸੇ ਮਨਿਸਟਰ ਨੂੰ ਬਦਲ ਦਿਓ ਔਰ ਉਹਨੂੰ ਨਵਾਂ ਮਹਿਕਮਾ ਦੇ ਦਿਓ ਇਦਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹਦੇ ਨਾਲ ਸਮਾਂ ਲੰਘਾਇਆ ਜਾ ਰਿਹਾ ਹੈ ਇਸ ਤਰ੍ਹਾਂ ਦਾ ਲੀਡਰ ਨਹੀਂ ਮਿਲਿਆ ਸਾਨੂੰ ਜਿਹੜਾ ਪੰਜਾਬ ਦੇ ਸਾਧਨਾਂ ਦਾ ਬਲੂਪ੍ਰਿੰਟ ਪੰਜਾਬ ਦੀ ਜਿਹੜੀ ਆਮਦਨ ਹੈ ਉਹਨੂੰ ਕਿਵੇਂ ਵਧਾਇਆ ਜਾ ਸਕਦਾ ਹੈ ਸਾਡਾ ਕਿਸਾਨ ਖੁਦਕਸ਼ੀਆਂ ਕਰ ਰਿਹਾ ਹੈ ਨੌਜਵਾਨ ਬੇਰੁਜ਼ਗਾਰ ਸੜਕਾਂ ਤੇ ਬੈਠਾ ਹੈ ਨਹਿਰਾ ਛਾਲਾ ਮਾਰ ਰਿਹਾ ਟੈਂਕੀਆਂ ਤੇ ਬੈਠਾ ਹੈ ਪਰ ਸੱਤਾ ਜਿਹੜੀ ਉਹ ਸਮਝਦੀ ਕਿਉਂ ਨਹੀਂ ਤੁਹਾਨੂੰ ਕੀ ਲੱਗਦਾ ਉਹਨਾਂ ਨੂੰ ਸਮਝ ਨਹੀਂ ਆਉਂਦੀ ਮੁੱਦਿਆਂ ਦੀ ਸਮਝ ਨਹੀਂ ਇਸ ਕਰਕੇ ਗੱਲ ਨਹੀਂ ਹੁੰਦੀ ਜਾਂ ਪਿੱਛੇ ਚਾਬੀ ਕੋਈ ਹੋਰ ਭਰੀ ਜਾ ਰਹੀ ਹੈ ਇਸ ਕਰਕੇ ਗੱਲ ਨਹੀਂ ਹੁੰਦੀ ਮੁੱਦਿਆਂ ਤੇ ਉਹਨਾਂ ਨੂੰ ਮੁਨਾਫਾ ਚਾਹੀਦਾ ਉਹਨਾਂ ਨੂੰ ਪੈਸਾ ਚਾਹੀਦਾ ਉਹਦੇ ਲਈ ਚਾਹੇ ਹੋਕ ਐਂਡ ਕਰੁਕ ਹਰ ਤਰ੍ਹਾਂ ਨਾਲ ਉਹ ਮੁਨਾਫਾ ਕਮਾਉਣਾ ਚਾਹੁੰਦੇ ਨੇ ਪੰਜਾਬੀਆਂ ਨੂੰ ਲੁੱਟਣਾ ਚਾਹੁੰਦੇ ਨੇ ਇਸ ਦੁਨੀਆ ਦੇ ਵਿੱਚ ਸਿਆਸਤ ਸਭ ਤੋਂ ਵੱਡੀ ਗੱਲ ਮੰਨੀ ਜਾਂਦੀ ਕਿ ਸਿਆਸਤ ਨੇ ਮੋੜਾ ਕੱਟਣਾ ਹੁੰਦਾ ਹੈ ਹਰ ਚੀਜ਼ ਨੂੰ ਤੈਅ ਕਰਨਾ ਹੁੰਦਾ ਪਰ ਸਿਆਸੀ ਲੋਕ ਕੀ ਆਪਣਾ ਸਹੀ ਰੋਲ ਨਿਭਾ ਰਹੇ ਨੇ ਜਾਂ ਕਿਤੇ ਨਾ ਕਿਤੇ ਕੋਤਾਹੀ ਵਰਤਦੇ ਨੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਔਰ ਸਿਆਸਤ ਨਾਲ ਜੁੜੀਆਂ ਹੋਰ ਅਹਿਮ ਗੱਲਾਂ ਦੇ ਉੱਤੇ ਚਰਚਾ ਕਰਾਂਗੇ ਤੇ ਸਾਡੇ ਨਾਲ ਇਸ ਚਰਚਾ ਵਿੱਚ ਹਾਜ਼ਰ ਹੋਣਗੇ ਦਾ ਸਮਰ ਨਿਊਜ਼ ਤੇ ਡਾਕਟਰ ਭੀਮਿੰਦਰ ਜੀ ਔਰ ਉਹਨਾਂ ਤੋਂ ਜਾਣਦੇ ਆ ਕਿਉਂਕਿ ਉਹ ਕਰਤਾਰ ਸਿੰਘ ਸਰਾਭਾ ਯੂਨੀਵਰਸਿਟੀ ਦੇ ਅੰਦਰ ਇੱਕ ਚੇਅਰ ਸਥਾਪਿਤ ਹੋਈ ਉਸ ਦੇ ਕੋਆਰਡੀਨੇਟਰ ਵੀ ਨੇ ਪ੍ਰੋਫੈਸਰ ਵੀ ਨੇ ਔਰ ਹਰ ਇੱਕ ਮਸਲੇ ਦੇ ਉੱਤੇ ਬਿਬਾਕੀ ਦੇ ਨਾਲ ਆਪਣੀ ਗੱਲ ਰੱਖਦੇ ਨੇ ਵਿਚਾਰ ਰੱਖਦੇ ਨੇ ਤੇ ਅੱਜ ਦਾ ਸਾਡਾ ਮੁੱਦਾ ਸਿਆਸਤ ਦੇ ਦਿਵਾਲੇ ਘੁੰਮੇਗਾ ਕਿ ਆਖਰਕਾਰ ਪੰਜਾਬ ਦੇ ਅੰਦਰ ਖਾਸ ਕਰਕੇ ਚੱਲ ਕੀ ਰਿਹਾ ਔਰ ਹੋਣਾ ਕੀ ਚਾਹੀਦਾ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਧੰਨਵਾਦ ਜੀ ਡਾਕਟਰ ਸਾਹਿਬ ਸਭ ਤੋਂ ਮੋਢਲਾ ਤੇ ਪਹਿਲਾ ਸਵਾਲ ਪੰਜਾਬ ਦੀ ਰਾਜਨੀਤੀ 'ਚ ਜੋ ਚੱਲ ਰਿਹਾ ਤੁਹਾਨੂੰ ਸਮਝ ਕੀ ਪੈਂਦਾ ਕੀ ਹੋਣਾ ਚਾਹੀਦਾ ਹੋ ਕੀ ਦੇਖੋ ਇਸ ਵੇਲੇ ਪੰਜਾਬ ਨੂੰ ਬਹੁਤ ਵੱਡੀਆਂ ਦਿੱਕਤਾਂ ਨੇ ਜਿਦੇ ਵਿੱਚ ਰੋਜ਼ਗਾਰ ਦੀ ਸਮੱਸਿਆ ਹੈ ਸਿਹਤ ਦੀ ਸਮੱਸਿਆ ਹੈ ਸਿੱਖਿਆ ਦੀ ਸਮੱਸਿਆ ਹੈ এডੂਕੇਸ਼ਨ ਆਪਾਂ ਕਹਿ ਸਕਦੇ ਆ ਇਸ ਤੋਂ ਇਲਾਵਾ ਕਿਸਾਨੀ ਦੀਆਂ ਬਹੁਤ ਵੱਡੀਆਂ ਸਮੱਸਿਆਵਾਂ ਨੇ ਔਰ ਸਾਡੇ ਵਾਤਾਵਰਣ ਦੀਆਂ ਬਹੁਤ ਵੱਡੀਆਂ ਸਮੱਸਿਆਵਾਂ ਨੇ ਜਿਨ੍ਹਾਂ ਬਾਰੇ ਮੈਨੂੰ ਨਹੀਂ ਲੱਗਦਾ ਕਿ ਸਿਆਸਤਦਾਨ ਜਿਹੜੇ ਨੇ ਉਹ ਗੱਲਬਾਤ ਕਰ ਰਹੇ ਨੇ ਜਾਂ ਆਪਣੀ ਕੋਈ ਜਿਵੇਂ ਕਹਿ ਸਕਦੇ ਆ ਕਿ ਅੱਗੇ ਲਿਆ ਰਹੇ ਨੇ ਚੀਜ਼ਾਂ ਨੂੰ ਮੁੱਦਿਆਂ ਨੂੰ ਅੱਗੇ ਲਿਆ ਰਹੇ ਨੇ ਹੋ ਕੀ ਰਿਹਾ ਕਿ ਚੰਨੀ ਨੂੰ ਬਦਲ ਦਿੱਤਾ ਗਿਆ ਜਾਂ ਕਿਸੇ ਮਨਿਸਟਰ ਨੂੰ ਬਦਲ ਦਿਓ ਔਰ ਉਹਨੂੰ ਨਵਾਂ ਮਹਿਕਮਾ ਦੇ ਦਿਓ ਇਦਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹਦੇ ਨਾਲ ਸਮਾਂ ਲੰਘਾਇਆ ਜਾ ਰਿਹਾ ਹੈ ਪੰਜਾਬ ਦੇ ਜਿਹੜੇ ਬੁਨਿਆਦੀ ਮੁੱਦੇ ਨੇ ਉਹਨਾਂ ਦੇ ਉੱਤੇ ਗੱਲਬਾਤ ਜਿਹੜੀ ਹੈਗੀ ਨਜ਼ਰ ਨਹੀਂ ਆ ਰਹੀ ਕਿ ਕੋਈ ਵੀ ਪਾਰਟੀ ਚਾਹੇ ਕਾਂਗਰਸ ਹੈ ਚਾਹੇ ਉਹ ਕਾਲੀ ਦਲ ਹੈ ਚਾ ਬੀਜੇਪੀ ਹੈ ਜਾਂ ਆਮ ਆਦਮੀ ਪਾਰਟੀ ਹੈ ਕੋਈ ਇਸ ਤਰ੍ਹਾਂ ਦੇ ਮੁੱਦਿਆਂ ਦਾ ਬਲੂਪ੍ਰਿੰਟ ਜਿਹੜਾ ਹੋਣਾ ਚਾਹੀਦਾ ਹੈ ਪੰਜਾਬ ਦੇ ਲੋਕਾਂ ਨੂੰ ਜਿਵੇਂ ਸਹੂਲਤਾਂ ਦੇਣੀਆਂ ਨੇ ਜਾਂ ਸੁੱਖ ਸੁਵਿਧਾਵਾਂ ਦੇਣੀਆਂ ਨੇ ਜਿਵੇਂ ਤੁਸੀਂ ਗੱਲ ਕੀਤੀ ਆ ਕਿਉਂਕਿ ਸਿਆਸਤ ਤੋਂ ਬਿਨਾ ਇਹ ਚੀਜ਼ਾਂ ਸੰਭਵ ਨਹੀਂ ਹੈਗੀਆਂ ਔਰ ਪੰਜਾਬ ਦੀ ਬਦਕਿਸਮਤੀ ਇਹ ਆ ਕਿ ਪੰਜਾਬ ਨੂੰ ਇਸ ਤਰ੍ਹਾਂ ਦੇ ਸਿਆਸਤਦਾਨ ਅੱਜ ਤੱਕ ਨਹੀਂ ਮਿਲੇ 75 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਜਦੋਂ ਅਸੀਂ ਦੇਖਦੇ ਹਾਂ ਸਿਆਸੀ ਦ੍ਰਿਸ਼ ਦੇਖਦੇ ਹਾਂ ਤਾਂ ਉਹਦੇ ਵਿੱਚ ਇਸ ਤਰ੍ਹਾਂ ਦਾ ਲੀਡਰ ਨਹੀਂ ਮਿਲਿਆ ਸਾਨੂੰ ਜਿਹੜਾ ਪੰਜਾਬ ਦੇ ਸਾਧਨਾਂ ਦਾ ਬਲੂਪ੍ਰਿੰਟ ਪੰਜਾਬ ਦੀ ਜਿਹੜੀ ਆਮਦਨ ਹੈ ਉਹਨੂੰ ਕਿਵੇਂ ਵਧਾਇਆ ਜਾ ਸਕਦਾ ਹੈ ਔਰ ਪੰਜਾਬ ਦੇ ਮਸਲੇ ਕਿਵੇਂ ਹੱਲ ਕੀਤੇ ਜਾ ਸਕਦੇ ਨੇ ਇਹਨਾਂ ਨੂੰ ਮਿਲਾ ਕੇ ਇੱਕ ਜਿਹੜਾ ਪ੍ਰੋਗਰਾਮ ਬਲੂਪ੍ਰਿੰਟ ਤਿਆਰ ਕਰਨਾ ਸੀਗਾ ਉਸ ਕਿਸਮ ਦਾ ਬਲੂਪ੍ਰਿੰਟ ਅੱਜ ਤੱਕ ਕਿਸੇ ਵੀ ਪਾਰਟੀ ਨੇ ਕਿਸੇ ਵੀ ਲੀਡਰਸ਼ਿਪ ਨੇ ਤਿਆਰ ਨਹੀਂ ਕੀਤਾ ਔਰ ਉਹਦਾ ਅਖੇ ਮਿਆਜਾ ਅੱਜ ਅਸੀਂ ਪਹੁੰਚੇ ਰਹੇ ਹਾਂ ਕਿ ਸਾਡਾ ਨੌਜਵਾਨ ਲਗਾਤਾਰ ਬਾਹਰ ਜਾ ਰਿਹਾ ਹੈ ਸਾਡਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ ਨੌਜਵਾਨ ਬੇਰੁਜ਼ਗਾਰ ਸੜਕਾਂ ਤੇ ਬੈਠਾ ਹੈ ਨਹਿਰਾ ਛਾਲਾ ਮਾਰ ਰਿਹਾ ਟੈਂਕੀਆਂ ਤੇ ਬੈਠਾ ਹੈ ਸੋ ਇਸ ਕਰਕੇ ਸਾਰੇ ਪਾਸੇ ਤੁਸੀਂ ਦੇਖੋਗੇ ਕਿ ਚੋਣਾ ਨੂੰ ਲੈ ਕੇ ਬੇਸ਼ੱਕ ਹਲਚਲ ਤੁਹਾਨੂੰ ਜ਼ਰੂਰ ਨਜ਼ਰ ਆਉਂਦੀ ਹੈ ਪਰ ਪੰਜਾਬ ਦੇ ਜਿਹੜੇ ਬੁਨਿਆਦੀ ਮੁੱਦੇ ਨੇ ਇਸ ਕਿਸਮ ਦੇ ਉਹ ਕਿਸੇ ਵੀ ਪਾਰਟੀ ਵੱਲੋਂ ਹੱਲ ਹੁੰਦੇ ਨਜ਼ਰ ਨਹੀਂ ਆ ਰਹੇ ਤੁਸੀਂ ਮੋਟੀ ਜੀ ਇੱਕ ਤਿਰਸ਼ੀ ਜੀ ਨਜ਼ਰ ਨਾਲ ਸਾਰੇ ਚੀਜ਼ਾਂ ਦੇ ਉੱਤੇ ਗੱਲ ਕੀਤੀ ਹੈ ਕਿ ਮੁੱਦੇ ਕੀ ਨੇ ਔਰ ਹੋ ਕੀ ਰਿਹਾ ਚੱਲ ਕੀ ਰਿਹਾ ਖਾਸ ਕਰਕੇ ਜਦੋਂ ਸੱਤਾ ਧਿਰ ਦੇ ਵਿੱਚ ਜਿਹੜੀ ਪਾਰਟੀ ਹੋਵੇ ਸਵਾਲ ਉਸੇ ਨੂੰ ਕੀਤਾ ਜਾਵੇਗਾ ਆਪੋਜੀਸ਼ਨ ਦਾ ਵੀ ਰੋਲ ਹੁੰਦਾ ਹੈ ਔਰ ਮੀਡੀਆ ਦਾ ਵੀ ਰੋਲ ਹੁੰਦਾ ਹੈ ਕਿ ਆਪੋਜੀਸ਼ਨ ਦੇ ਰੋਲ ਦੇ ਨਾਲ ਸਹਿਯੋਗ ਦੇਣਾ ਔਰ ਸਵਾਲ ਕਰਨੇ ਸੱਤਾ ਨੂੰ ਪਰ ਸੱਤਾ ਜਿਹੜੀ ਉਹ ਸਮਝਦੀ ਕਿਉਂ ਨਹੀਂ ਤੁਹਾਨੂੰ ਕੀ ਲੱਗਦਾ ਉਹਨਾਂ ਨੂੰ ਸਮਝ ਨਹੀਂ ਆਉਂਦੀ ਮੁੱਦਿਆਂ ਦੀ ਸਮਝ ਨਹੀਂ ਇਸ ਕਰਕੇ ਗੱਲ ਨਹੀਂ ਹੁੰਦੀ ਜਾਂ ਪਿੱਛੇ ਚਾਬੀ ਕੋਈ ਹੋਰ ਭਰੀ ਜਾ ਰਹੀ ਹੈ ਇਸ ਕਰਕੇ ਗੱਲ ਨਹੀਂ ਹੁੰਦੀ ਮੁੱਦਿਆਂ ਤੇ ਦੇਖੋ ਜਿਹੜੀ ਸੱਤਾ ਹੈ ਸਾਡੀ ਆਪਾਂ ਜਦੋਂ 75 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਦੇਖਦੇ ਆਂ ਤਾਂ ਉਹਦੇ ਪਿੱਛੇ ਜਿਹੜੀ ਸੱਤਾ ਦੇ ਪਿੱਛੇ ਜਿਹੜੀ ਕੰਮ ਕਰਦੀ ਇਹ ਲੋਕ ਨੇ ਉਹ ਜਾਂ ਤਾਂ ਸਰਮਾਇਦਾਰ ਰਹੇ ਨੇ ਜੇ ਆਪਾਂ ਆਜ਼ਾਦੀ ਤੋਂ ਬਾਅਦ ਦਾ ਸਾਰਾ ਪੀਰੀਅਡ ਦੇਖਦੇ ਆਂ ਔਰ 1990 ਤੋਂ ਬਾਅਦ ਅਸੀਂ ਦੇਖਦੇ ਆਂ ਕਿ ਜਿਹੜੇ اڈਾਨੀ ਅਬਾਨੀ ਵਰਗੇ ਜਿਹੜੇ ਕਾਰਪੋਰੇਟ ਘਰਾਣੇ ਨੇ ਉਹ ਸੱਤਾ ਦੇ ਪਿੱਛੇ ਜਿਹੜੇ ਦੇ ਕਾਰਸ਼ੀਲ ਨਜ਼ਰ ਆਉਂਦੇ ਨੇ ਚਾਹੇ ਉਹ ਸੈਂਟਰ ਦੀਆਂ ਗਵਰਨਮੈਂਟਾਂ ਨੇ ਚਾਹੇ ਉਹ ਸਟੇਟਾਂ ਦੀਆਂ ਗਵਰਨਮੈਂਟਾਂ ਨੇ ਉਹ ਜਾਂ ਪੰਜਾਬ ਦੀਆਂ ਜਾਂ ਹੋਰ ਵੀ ਜਿਹੜੀਆਂ ਜਿੰਨੀਆਂ ਵੀ ਆਪਾਂ ਦੇਖਦੇ ਆਂ ਕਿ ਹੁਣ ਤੱਕ ਸੱਤਾ ਜਿੰਨਾਂ ਕੋਲੇ ਆਈ ਹੈ ਪਾਰਟੀਆਂ ਕੋਲੇ ਉਹਨਾਂ ਦੇ ਪਿੱਛੇ ਇਹ ਜਿਹੜੇ ਸਰਮਾਇਦਾਰ ਲੋਕ ਨੇ ਜਿਹੜੇ ਅਮੀਰ ਲੋਕ ਨੇ ਅਮੀਰ ਕਰਾਣੇ ਨੇ ਕਾਰਪੋਰੇਟ ਕਰਾਣੇ ਨੇ ਉਹ ਕਾਰਜਸ਼ੀਲ ਨਜ਼ਰ ਆਉਂਦੇ ਨੇ ਔਰ ਉਹਨਾਂ ਨੂੰ ਕੀ ਚਾਹੀਦਾ ਉਹਨਾਂ ਨੂੰ ਮੁਨਾਫਾ ਚਾਹੀਦਾ ਉਹਨਾਂ ਨੂੰ ਪੈਸਾ ਚਾਹੀਦਾ ਉਹਦੇ ਲਈ ਚਾਹੇ ਹੁੱਕ ਐਂਡ ਕੁਰਕ ਹਰ ਤਰ੍ਹਾਂ ਨਾਲ ਉਹ ਮੁਨਾਫਾ ਕਮਾਉਣਾ ਚਾਹੁੰਦੇ ਨੇ ਪੰਜਾਬੀਆਂ ਨੂੰ ਲੁੱਟਣਾ ਚਾਹੁੰਦੇ ਨੇ ਇੱਥੋਂ ਦੀ ਆਪਾਂ ਨੂੰ ਪਤਾ ਹੈ ਕਿ ਗ੍ਰੀਨ ਰੈਵੋਲੂਸ਼ਨ ਜਦੋਂ ਲਿਆਂਦਾ ਗਿਆ ਲਿਆਂਦਾ ਤਾਂ ਇਸ ਲਈ ਗਿਆ ਸੀਗਾ ਕਿ ਅਸੀਂ ਸ਼ਾਇਦ ਜਿਹੜੇ ਨੇ ਲੋਕਾਂ ਸਾਡਾ ਕਿਸਾਨ ਜਿਹੜਾ ਹੈਗਾ ਆਮ ਭਾਰਤੀਆਂ ਦੇ ਆਮ ਲੋਕਾਂ ਦਾ ਢਿੱਡ ਭਰੇਗਾ ਪਰ ਹੋਇਆ ਕਿ ਉਸ ਉਸ ਇਵਜ਼ ਦੇ ਵਿੱਚ ਸਾਡੀ ਜਵਾਨੀ ਚਲੀ ਗਈ ਸਾਡਾ ਪਾਣੀ ਚਲਾ ਗਿਆ ਸਾਡੀ ਧਰਤੀ ਚਲੀ ਗਈ ਸਾਡਾ ਸਾਰਾ ਕੁਝ ਦਾਤੇ ਲੱਗ ਗਿਆ ਔਰ ਉਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਜਿਹੜਾ 1990 ਦੀਆਂ ਨੀਤੀਆਂ ਸੀਗੀਆਂ ਉਹ ਇਹ ਕਹਿ ਕੇ ਲਿਆਂਦੀਆਂ ਗਈਆਂ ਕਿ ਨੌਜਵਾਨਾਂ ਨੂੰ ਰੋਜ਼ਗਾਰ ਦੇਵਾਂਗੇ ਪਰ ਹੋਇਆ ਕੀ ਰੋਜ਼ਗਾਰ ਤੋਂ ਸਾਡੇ ਵਿਹੂਣੇ ਹੋ ਗਏ ਨੌਜਵਾਨ ਔਰ ਅੱਜ ਸਾਡਾ ਨੌਜਵਾਨ ਪੰਜਾਬ ਦਾ ਨੌਜਵਾਨ ਬੇਰੋਜ਼ਗਾਰ ਨੇ ਬੇਰੋਜ਼ਗਾਰ ਹੋ ਗਿਆ ਵੋਟਾਂ ਵੇਲੇ ਕੋਰੋਨਾ ਦੀ ਗਿਣਤੀ ਦੇਖੀ ਜਾਂਦੀ ਹੈ ਨੌਜਵਾਨ ਵੋਟਾਂ ਤਾਂ ਪਾਉਂਦੇ ਆ ਪਰ ਰੋਜ਼ਗਾਰ ਨਹੀਂ ਮਿਲਦਾ ਬਿਲਕੁਲ ਤੁਸੀਂ ਦੇਖਿਆ ਹੋਵੇਗਾ ਕਿ ਪਿਛਲੇ ਜਦੋਂ 17 ਦੀਆਂ ਚੋਣਾਂ ਸੀਗੀਆਂ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ ਦਰਸ਼ਕਾਂ ਨੂੰ ਯਾਦ ਹੋਵੇਗਾ ਕਿ ਕ ਏ ਤੁਸੀਂ ਬੇਰੋਜ਼ਗਾਰ ਹੋ ਮੈਂ ਤੁਹਾਨੂੰ ਰੋਜ਼ਗਾਰ ਦਊਂਗਾ ਔਰ ਤੁਹਾਨੂੰ ਫਾਰਮ ਭਰ ਕੇ ਦਿੱਤੇ ਗਏ ਉਸ ਵੇਲੇ ਔਰ ਸਰਟੀਫਿਕੇਟ ਦਿੱਤੇ ਗਏ ਕਿ ਅਸੀਂ ਤੁਸੀਂ ਜਦੋਂ ਵੀ ਸੱਤਾ 'ਚ ਮੈਨੂੰ ਲੈ ਕੇ ਆਓਗੇ ਮੈਂ ਘਰ ਘਰ ਨੌਕਰੀ ਦੇ ਦਾਂਗਾ ਹੁਣ ਕਿੱਥੇ ਗਿਆ ਵਾਦਾ ਉਹ ਆਪਾਂ ਨੂੰ ਵੀ ਪਤਾ ਹੈ ਕਿ ਵਾਦੇ ਬਹੁਤ ਵੱਡੇ ਵੱਡੇ ਹੋਏ ਸਾਰਾਂ ਦੇ ਵਿੱਚ ਹੋਰ ਬਹੁਤ ਸਾਰੇ ਵਾਦੇ ਹੋਏ ਕਿਸਾਨਾਂ ਦਾ ਵਾਦਾ ਜਿਹੜਾ ਹੈਗਾ ਉਹਨਾਂ ਨੂੰ ਕਿਹਾ ਸੀਗਾ ਹਰ ਕਿਸਮ ਦਾ ਕਰਜ਼ਾ ਚਾਹੇ ਉਹ ਕੋਆਪਰੇਟਿਵ ਬੈਂਕਾਂ ਦਾ ਹੈ ਚਾਹੇ ਆਰਟੀਆਂ ਦਾ ਹੈ ਚਾਹੇ ਸਰਕਾਰੀ ਬੈਂਕਾਂ ਦਾ ਉਹਨਾਂ ਨੇ ਕਿਹਾ ਸੀਗਾ ਕਿ 1 ਲੱਖ ਕਰੋੜ ਰੁਪਏ ਦਾ ਜਿਹੜਾ ਕਰਜ਼ਾ ਹੈ ਕਿਸਾਨੀ ਦੇ ਉੱਤੇ ਉਹ ਮੈਂ ਮਾਫ ਕਰਾਂਗਾ ਪਰ ਹੋਇਆ ਕਿ ਆਪਾਂ ਨੂੰ ਪਤਾ ਆਗੇ ਉਹਦੇ ਵਿੱਚੋਂ ਮਤਲਬ ਪੂਣੀ ਵੀ 31 ਨਹੀਂ ਗਈ ਯਾਨੀ ਕਿ 5% ਜਿਹੜਾ ਹੈਗਾ ਕਰਜ਼ਾ ਮਾਫ਼ ਨਹੀਂ ਹੋਇਆ ਸੋ ਕਹਿਣ ਦਾ ਮਤਲਬ ਹੈ ਸਾਰੀਆਂ ਸਮੱਸਿਆਵਾਂ ਉੱਥੇ ਹੀ ਨੇ ਪਰ ਸਿਆਸਤ ਖੇਡੀ ਜਾ ਰਹੀ ਹੈ ਸਿਆਸਤ ਆਪਸ ਦੇ ਵਿੱਚ ਜਿਹੜਾ ਹੈਗਾ ਕਾਟੋ ਕਲੇਸ਼ ਵਧਿਆ ਹੋਇਆ ਔਰ ਪੂਰੀ ਪੀਕ ਤੇ ਆਪਾਂ ਕਹਿ ਸਕਦੇ ਹਾਂ ਕਿ ਸਿਰਫ 2-4 ਮਹੀਨੇ ਇਲੈਕਸ਼ਨਾਂ ਨੂੰ ਰਹਿ ਗਏ ਨੇ ਪਰ ਮਸਲੇ ਜਿਹੜੇ ਨੇ ਪੰਜਾਬ ਦੇ ਉਹ ਲਗਭਗ ਉੱਥੇ ਹੀ ਖੜੇ ਨੇ ਜਿੱਥੇ ਪਿਛਲੇ 17 ਦੇ ਵਿੱਚ ਸੀਗੇ ਤੁਸੀਂ 17 ਦੀ ਗੱਲ ਕੀਤੀ ਕੈਪਟਨ ਅਮਰਿੰਦਰ ਸਿੰਘ ਚੇਹਰਾ ਬਣੇ ਕਾਂਗਰਸ ਦਾ ਸੱਤਾ ਦੇ ਵਿੱਚ ਆ ਗਏ 78 ਦੇ ਕਰੀਬ ਉਦੋਂ ਐਮਐਲਏ ਬਣੇ ਉਸ ਤੋਂ ਬਾਅਦ ਜਿਮਣੀ ਚੋਣਾਂ ਦੇ ਦੌਰਾਨ 80 ਦੀ ਗਿਣਤੀ ਹੋ ਗਈ ਪਰ ਉਹਨਾਂ ਨੂੰ ਲਾਂਬੇ ਕਰ ਦਿੱਤਾ ਗਿਆ ਨਵੀਂ ਪਾਰਟੀ ਦਾ ਐਲਾਨ ਹੋ ਜਾਂਦਾ ਹੁਣ ਆਪਾਂ ਪਟਿਆਲੇ ਸ਼ਹਿਰ ਦੇ ਅੰਦਰ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਵਿੱਚ ਦੇਖੀਏ ਤੁਸੀਂ ਆਪਣੀ ਕੁਰਸੀ ਤੇ ਆਉਨੇ ਹੋ ਨੌਜਵਾਨਾਂ ਨੂੰ ਮਿਲਦੇ ਹੋ ਨੌਜਵਾਨ ਵਰਗ ਆਉਂਦਾ ਯੂਨੀਵਰਸਿਟੀ ਦੇ ਅੰਦਰ ਜਦੋਂ ਉਹਨਾਂ ਨਾਲ ਗੱਲਬਾਤ ਹੁੰਦੀ ਹੈ ਨਿਰਾਸ਼ਾ ਕਿਹੜੀ ਗੱਲ ਦੀ ਉਹਨਾਂ ਚ ਪਾਈ ਜਾਂਦੀ ਹੈ ਤੇ ਹੱਲ ਕਿੱਥੇ ਨਜ਼ਰ ਆਉਂਦਾ ਸਮੱਸਿਆ ਤਾਂ ਬਾਤ ਹੈ ਉਹਨਾਂ ਦੇ ਨਾਲ ਜਦੋਂ ਡਿਸਕਸ਼ਨ ਹੁੰਦੀ ਹੈ ਚਰਚਾ ਹੁੰਦੀ ਹੈ ਰਾਬਤਾ ਹੁੰਦਾ ਹੈ ਤਾਂ ਹੱਲ ਕਿੱਥੇ ਨਜ਼ਰ ਕਿ ਉਹ ਚਾਹੇ ਉਹ ਐਮਫਿਲ ਕਰਦੇ ਆ ਚਾ ਪੀ ਐਚ ਡੀ ਕਰਦੇ ਆ ਚਾ ਐਮ ਐ ਕਰਦੇ ਆ ਜਾਂ ਕੋਈ ਹੋਰ ਡਿਗਰੀ ਲੈਂਦੇ ਆ ਪਰ ਉਹਨਾਂ ਨੂੰ ਕੋਈ ਭਰੋਸਾ ਨਹੀਂ ਬੱਜਦਾ ਕਿ ਜਦੋਂ ਵੀ ਸਰਕਾਰ ਆਏਗੀ ਜਦੋਂ ਵੀ ਕੋਈ ਵੀ ਸਰਕਾਰ ਹੈ ਉਹ ਕੀ ਉਹਨਾਂ ਨੂੰ ਨੌਕਰੀਆਂ ਦਵੇਗੀ ਕੀ ਉਹਨਾਂ ਨੂੰ ਉਹਨਾਂ ਦੇ ਜੋ ਉਹਨਾਂ ਦੀਆਂ ਡਿਗਰੀਆਂ ਨੇ ਉਹਨਾਂ ਦੀ ਐਜੂਕੇਸ਼ਨ ਕਪੇਬਿਲਿਟੀ ਆ ਕਿ ਉਹਦੇ ਹਿਸਾਬ ਨਾਲ ਉਹਨਾਂ ਨੂੰ ਯੋਗਤਾ ਦੇ ਅਨੁਸਾਰ ਉਹਨਾਂ ਨੂੰ ਨੌਕਰੀਆਂ ਮਿਲਣਗੀਆਂ ਇਹ ਬਹੁਤ ਵੱਡੀ ਨਿਰਾਸ਼ਾ ਇਸ ਵੇਲੇ ਸਾਡੇ ਨੌਜਵਾਨਾਂ ਦੇ ਵਿੱਚ ਮੌਜੂਦ ਹੈ ਸੋ ਇਸ ਕਰਕੇ ਸਾਡਾ ਨੌਜਵਾਨ ਜਿਹੜਾ ਹੈਗਾ ਨਿਰਾਸ਼ ਉਦਾਸ ਚੱਲਿਆ ਆ ਰਿਹਾ ਔਰ ਐਸੀ ਉਦਾਸਤੀ ਦੇ ਵਿੱਚੋਂ ਐਸੀ ਨਿਰਾਸ਼ਾ ਦੇ ਵਿੱਚੋਂ ਉਹ ਇਥੋਂ ਪਲਾਨ ਕਰਨਾ ਚਾਹੁੰਦਾ ਇਥੋਂ ਇਥੋਂ ਉੱਡ ਜਾਣਾ ਚਾਹੁੰਦਾ ਹੈ ਇਥੋਂ ਬਾਹਰਲੇ ਮੁਲਕਾਂ ਜਾਣਾ ਚਾਹੁੰਦਾ ਸੋ ਪਰ ਜਿਹੜੀ ਤੁਸੀਂ ਹੱਲ ਦੀ ਗੱਲ ਕੀਤੀ ਹੈ ਹੱਲ ਫੇਰ ਰਾਜਨੀਤੀ ਦੇ ਵਿੱਚ ਹੈ ਔਰ ਬਿਲਕੁਲ ਹਲ ਹੋ ਸਕਦਾ ਹੈ ਕਿ ਕੋਈ ਵੱਡਾ ਕਾਰਨ ਨਹੀਂ ਹੈ ਕਿ ਹੱਲ ਨਾ ਹੋ ਸਕਦਾ ਹੋਵੇ ਸਾਡੇ ਜਿਹੜੇ ਖਜ਼ਾਨਾ ਮੰਤਰੀ ਨੇ ਲਗਾਤਾਰ ਪੌਣੇ ਪੰਜ ਸਾਲਾਂ ਤੋਂ ਕਹਿੰਦੇ ਆ ਰਹੇ ਨੇ ਕਿ ਖਜ਼ਾਨਾ ਹੀ ਖਾਲੀ ਹੈ ਜੇਕਰ ਇਹ ਖਜ਼ਾਨਾ ਖਾਲੀ ਸੀਗਾ ਫਿਰ ਪਹਿਲਾਂ ਤੁਸੀਂ ਵਾਅਦੇ ਕਿਉਂ ਕੀਤੇ ਸਵਾਲ ਇਸ ਵੇਲੇ ਲੋਕ ਇਹ ਪੁੱਛਣਾ ਚਾਹੁੰਦੇ ਨੇ ਸਰਕਾਰਾਂ ਤੋਂ ਕਿ ਜੇ ਤੁਹਾਡਾ ਤੁਹਾਨੂੰ ਪਤਾ ਸੀਗਾ ਕਿ ਅਕਾਲੀ ਔਰ ਬੀਜੇਪੀ ਸਰਕਾਰ ਖਜ਼ਾਨਾ ਖਾਲੀ ਕਰਕੇ ਗਈ ਹੈ ਫਿਰ ਤੁਸੀਂ ਵਾਅਦੇ ਕਿਉਂ ਕੀਤੇ ਏਡੇ ਵੱਡੇ ਵੱਡੇ ਕੈਪਟਨ ਸਾਹਿਬ ਤੋਂ ਕਿਉਂ ਕਰਵਾਏ ਚਿਹਰਾ ਜਿਹੜਾ ਬਦਲਿਆ ਉਹ ਤਾਂ ਨਾਲ ਬੈਠੀ ਸੀ ਖਜ਼ਾਨਾ ਮੰਤਰੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਕਹਿੰਦੇ ਖਜ਼ਾਨਾ ਜਿਹੜਾ ਕਹਿੰਦੇ ਆ ਖਾਲੀ ਉਹ ਝੂਠ ਬੋਲਦੇ ਆ ਖਜ਼ਾਨਾ ਤਾਂ ਭਰਿਆ ਹੋਇਆ ਪਰ ਉਹ ਖਜ਼ਾਨਾ ਲੱਗ ਕਿਹੜੇ ਪਾਸੇ ਰਿਆ ਅ ਸਰ ਇਹ ਵੱਡੀ ਗੱਲ ਇਹ ਹੈ ਕਿ ਜਦੋਂ ਅਕਾਲੀ ਭਾਜਪਾ ਸਰਕਾਰ ਸੀ ਉਦੋਂ ਵੀ ਖਜ਼ਾਨਾ ਮੰਤਰੀ ਉਹੀ ਸੀਗੇ ਜਦੋਂ ਕੈਪਟਨ ਸਾਹਿਬ ਮੁੱਖ ਮੰਤਰੀ ਸੀਗੇ ਉਦੋਂ ਵੀ ਖਜ਼ਾਨਾ ਮੰਤਰੀ ਉਹੀ ਹੁਣ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਬਣੇ ਨੇ ਉਦੋਂ ਵੀ ਖਜ਼ਾਨਾ ਮੰਤਰੀ ਉਹੀ ਸੀਗੇ ਬਦਲ ਗਏ ਪਰ ਖਜ਼ਾਨਾ ਮੰਤਰੀ ਉਹੀ ਮੰਤਰੀ ਉਹੀ ਚੱਲੀ ਜਾ ਰਿਹਾ ਔਰ ਉਹੀ ਆਪਣੀਆਂ ਜਿਹੜੀਆਂ ਨੇ ਬਿਆਨਬਾਜ਼ੀ ਤੋਂ ਪਲਟਦੇ ਕਦੇ ਉਹ ਕਹਿੰਦੇ ਨੇ ਭਰਿਆ ਹੋਇਆ ਕਦੇ ਕਹਿੰਦੇ ਨੇ ਖਾਲੀ ਆ ਮਤਲਬ ਲੋਕਾਂ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਹੈ ਹੋਰ ਕੁਝ ਵੀ ਨਹੀਂ ਹੈ ਹਾਲਾਂਕਿ ਖਜ਼ਾਨਾ ਜਿਹੜਾ ਹੈਗਾ ਸਰਮਾਇਦਾਰਾਂ ਦਾ ਕਿਉਂ ਭਰਿਆ ਜਾ ਰਿਹਾ ਉਹਨਾਂ ਦੇ ਆਪਣੇ ਖਜ਼ਾਨੇ ਕਿਉਂ ਭਰੇ ਜਾ ਰਹੇ ਨੇ ਮਾਫੀਆ ਦਾ ਕਿਉਂ ਖਜ਼ਾਨਾ ਭਰਿਆ ਜਾ ਰਿਹਾ ਤੁਸੀਂ ਦੇਖੋਗੇ ਵਕ ਵਕ ਮਾਫੀਏ ਉਹ ਚਾਰੇ ਲੈਂਡ ਮਾਫੀਆ ਹੈ ਸੈਡ ਮਾਫੀਆ ਹੈ ਲਿਕਰ ਮਾਫੀਆ ਹੈ ਇਹਨਾਂ ਮਾਫੀਆਂ ਦੀ ਆਮਦਨ ਕਈ ਗੁਣਾ ਵਧੀ ਹੈ ਔਰ ਇਥੋਂ ਤੱਕ ਕਿ ਅਡਾਨੀਆਂ ਬਾਨੀਆਂ ਦੀ ਕਰੋਨਾ ਦੌਰ ਦੇ ਵਿੱਚ ਆਮਦਨ ਜਿਹੜੀ ਹੈਗੀ ਹੈ ਹਜ਼ਾਰਾਂ ਗੁਣਾ ਵਧੀ ਗਈ ਵਧ ਗਈ ਹੈ ਸੋ ਕਹਿਣ ਦਾ ਮਤਲਬ ਹੈ ਕਿ ਜੇ ਇਹਨਾਂ ਦੀ ਆਮਦਨ ਵੱਧ ਸਕਦੀ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਕਿਉਂ ਨਹੀਂ ਮਿਲ ਸਕਦਾ ਪੰਜਾਬ ਦੇ ਲੋਕਾਂ ਨੂੰ ਐਜੂਕੇਸ਼ਨ ਹੈਲਥ ਕਿਉਂ ਨਹੀਂ ਮਿਲ ਸਕਦੀ ਸੋ ਕਾਰਨ ਇਹੀ ਹੈ ਕਿ ਉਹ ਜਿਹੜੀ ਵੰਡ ਪ੍ਰਣਾਲੀ ਹੈ ਜਿਹਦੇ ਉੱਤੇ ਕੰਟਰੋਲ ਹੋਣਾ ਚਾਹੀਦਾ ਸਰਕਾਰ ਦਾ ਕਿ ਸਰਕਾਰ ਮਾਫੀਆ ਨੂੰ ਬਜਾਏ ਮਾਫੀਆ ਨੂੰ ਪਰਫੁੱਲਤ ਕਰਨ ਦੀ ਬਜਾਏ ਨਸ਼ਾ ਤਸਕਰੀ ਤਸਕਰਾਂ ਨੂੰ ਪਰਫੁੱਲਤ ਕਰਨ ਦੀ ਬਜਾਏ ਉਹ ਪੈਸਾ ਜਿਹੜਾ ਹੈਗਾ ਪੰਜਾਬ ਦੇ ਖਜ਼ਾਨੇ 'ਚ ਕਿਉਂ ਨਹੀਂ ਆ ਸਕਦਾ ਆ ਸਕਦਾ ਹੈ ਸਾਰਾ ਕੁਝ ਹੋ ਸਕਦਾ ਹੈ ਰੋਜ਼ਗਾਰ ਦਿੱਤਾ ਜਾ ਸਕਦਾ ਹੈ ਵਧੀਆ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਹਨ ਬਿਜਲੀ ਜਿਹੜੀ ਹੈਗੀ ਹੈ ਬਿੱਲ ਮਾਫ ਹੋ ਸਕਦੇ ਨੇ ਸਾਰਾ ਕੁਝ ਹੋ ਸਕਦਾ ਹੈ ਜੇ ਔਰ ਨੀਤ ਔਰ ਨੀਤੀ ਸਾਫ਼ ਹੋਏਗੀ ਸਰਕਾਰ ਦੀ ਅਸ ਤੋਂ ਬਿਨਾ ਜਿਹੜਾ ਹੈਗਾ ਸੰਭਵ ਨਹੀਂ ਹੈ ਜਿਵੇਂ ਤੁਸੀਂ ਦੱਸਿਆ ਨਿਯਤ ਨੀਤੀ ਦੇ ਨਾਲ ਸਭ ਕੁਝ ਬਦਲਿਆ ਜਾ ਸਕਦਾ ਅਸੀਂ ਇਸੇ ਕੈਂਪਸ ਦੇ ਵਿਦਿਆਰਥੀਆਂ ਨਾਲ ਜਦੋਂ ਗੱਲਬਾਤ ਕੀਤੀ ਉਹਨਾਂ ਨੇ ਇੱਕ ਸ਼ਿਕਾਇਤ ਵੀ ਕੀਤੀ ਹੈ ਮੌਜੂਦਾ ਮੁੱਖ ਮੰਤਰੀ ਚੰਨੀ ਤੋਂ ਉਹਨਾਂ ਨੇ ਕਿਹਾ ਕਿ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਜਦੋਂ ਦੀ ਕੁਰਸੀ ਤੇ ਬੈਠਿਆ ਗੇੜੇ ਬਹੁਤ ਲਾ ਲੇ ਪਰ ਸਰਕਾਰੀ ਯੂਨੀਵਰਸਿਟੀ 'ਚ ਉਹਨਾਂ ਦਾ ਗੇੜਾ ਨਹੀਂ ਲੱਗਿਆ ਮੈਂ ਹੀ ਕਹਿ ਰਿਹਾ ਕਿ ਜਦੋਂ ਸਰਕਾਰਾਂ ਇਹ ਚਲਦੀਆਂ ਨੇ ਨਾ ਸਰਕਾਰਾਂ ਬਣਾਈਆਂ ਜਾਂਦੀਆਂ ਨੇ ਇਹਦੇ ਵਿੱਚ ਪਿੱਛੇ ਚਾਹੇ ਉਹ ਲੈਂਡ ਮਾਫੀਆ ਹੋਵੇ ਚਾਹੇ ਸੈਂਡ ਮਾਫੀਆ ਹੋਵੇ ਚਾਹੇ ਐਜੂਕੇਸ਼ਨ ਮਾਫੀਆ ਜਿਹੜਾ ਹੈਗਾ ਜਿਵੇਂ ਤੁਸੀਂ ਪ੍ਰਾਈਵੇਟ ਸੰਸਥਾਵਾਂ ਦੀ ਗੱਲ ਕੀਤੀ ਹੈ ਪ੍ਰਾਈਵੇਟ ਯੂਨੀਵਰਸਿਟੀਆਂ ਚ ਇਹ ਲੋਕ ਕਿਉਂ ਜਾਂਦੇ ਨੇ ਬਾਰ ਬਾਰ ਤੁਸੀਂ ਦੇਖਿਆ ਹੋਵੇ ਸੈਂਟਰ ਦੇ ਜਿਹੜੇ ਗਵਰਨਮੈਂਟ ਦੇ ਜਿਹੜੇ ਸੈਂਟਰ ਗਵਰਨਮੈਂਟ ਹੈ ਉਹਦੇ ਵੱਡੇ ਨੁਮਾਇंदे ਵੀ ਸੈਂਟਰ ਯੂਨੀਵਰਸਿਟੀਆਂ ਚਾਹੁੰਦੇ ਨੇ ਪਰ ਸਰਕਾਰੀ ਯੂਨੀਵਰਸਿਟੀਆਂ ਇਸ ਵੇਲੇ ਮੈਨੂੰ ਲੱਗਦਾ ਕਿ ਪੰਜਾਬੀ ਯੂਨੀਵਰਸਿਟੀ ਜਿੱਥੇ ਆਪਾਂ ਖੜੇ ਆ ਲਗਭਗ 400 ਕਰੋੜ ਰੁਪਏ ਦੀ ਕਰਜ਼ਾ ਆ ਰਿਹਾ ਹੈ ਇਸ ਵੇਲੇ ਔਰ ਕਿਉਂਕਿ ਜਿਹੜਾ ਹੈਗਾ ਕਰਜ਼ਾ ਲਗਾਤਾਰ ਵੱਧ ਰਿਹਾ ਹੈ ਔਰ ਫੀਸਾਂ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ 10% ਇਕੱਠੀਆਂ ਫੀਸਾਂ ਜਿਹੜੀਆਂ ਨੇ ਵਧਾਈਆਂ ਗਈਆਂ ਨੇ ਸਾਡੇ ਵੀਸੀ ਸਾਹਿਬ ਦੇ ਰਾਹੀਂ ਜਾਂ ਅਧਿਕਾਰੀਆਂ ਦੇ ਰਾਹੀਂ ਸੋ ਕਹਿਣ ਦਾ ਮਤਲਬ ਹੈ ਕਿ ਇੱਕ ਪਾਸੇ ਸਾਡੀਆਂ ਫੀਸਾਂ ਆਮ ਲੋਕਾਂ ਦੀਆਂ ਗਰੀਬਾਂ ਦੇ ਬੱਚੇ ਜਿੱਥੇ ਪੜਦੇ ਨੇ ਦਲਤਾਂ ਦੇ ਬੱਚੇ ਜਿੱਥੇ ਪੜਦੇ ਨੇ ਉਹਨਾਂ ਦੀਆਂ ਫੀਸਾਂ ਦਾ ਵਧਾਈਆਂ ਜਾ ਰਹੀਆਂ ਨੇ ਪਰ ਦੂਜੇ ਪਾਸੇ ਸਰਕਾਰ ਜਿਹੜੀ ਹੈਗੀ ਆ ਕਿੰਨਾ ਲੋਕਾਂ ਚ ਜਾਣਾ ਚਾਹੁੰਦੀ ਹੈ ਪ੍ਰਾਈਵੇਟ ਯੂਨੀਵਰਸਿਟੀਆਂ ਚ ਜਾਣਾ ਚਾਹੁੰਦੀ ਹੈ ਔਰ ਪ੍ਰਾਈਵੇਟ ਉਹਨਾਂ ਦੇ ਉਹਨਾਂ ਨੂੰ ਫਾਇਦੇ ਦੇਣੇ ਚਾਹੁੰਦੀ ਹੈ ਸੋ ਕਹਿਣ ਦਾ ਮਤਲਬ ਹੈ ਕਿ ਇਹ ਸਰਕਾਰ ਨੂੰ ਸੋਚਣਾ ਪਏਗਾ ਕੇ ਜਿੰਨਾ ਜਿੰਨਾ ਯੂਨੀਵਰਸਟੀਆਂ ਦੇ ਵਿੱਚ ਜਿੰਨਾ ਕਾਲਜਾਂ ਦੇ ਵਿੱਚ ਸਰਕਾਰੀ ਕਾਲਜਾਂ ਦੇ ਵਿੱਚ ਜਾਂ ਸਕੂਲਾਂ ਦੇ ਵਿੱਚ ਆਮ ਘਰਾਂ ਦੇ ਬੱਚੇ ਪੜਦੇ ਆ ਆਮ ਗਰੀਬ ਲੋਕਾਂ ਦੇ ਬੱਚੇ ਪੜਦੇ ਆ ਉਹਨਾਂ ਨੂੰ ਐਜੂਕੇਸ਼ਨ ਦੇਣ ਦੇ ਲਈ ਉਹਨਾਂ ਨੂੰ ਸਹੂਲਤਾਂ ਦੇਣ ਦੀ ਲੋੜ ਹੈ ਉਹਨਾਂ ਦੇ ਉਹਨਾਂ ਦਾ ਬਜਟ ਜਿਹੜਾ ਹੈਗਾ ਵਧਾਉਣ ਦੀ ਲੋੜ ਹੈ ਉਹਨਾਂ ਨੂੰ ਫੰਡਿੰਗ ਦੀ ਲੋੜ ਹੈ ਉਹ ਇਸ ਵੇਲੇ ਸਿਸਕੀਆਂ ਪੜ ਰਹੇ ਨੇ ਇਸ ਵੇਲੇ ਮੈਨੂੰ ਲੱਗਦਾ ਆਖਰੀ ਸਾਹਾਂ ਦੇ ਉੱਤੇ ਜਿਹੜੇ ਨੇ ਉਹ ਉਹ ਆ ਚੁੱਕੇ ਨੇ ਸੋ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਚੰਨੀ ਸਾਹਿਬ ਨੂੰ ਇਹ ਚਾਹੀਦਾ ਹੈ ਕਿ ਪੰਜਾਬੀ ਯੂਨੀਵਰਸਿਟੀ ਜਾਂ ਹੋਰ ਵੀ ਜਿਹੜੀਆਂ ਸੈਂਟਰ ਦੀਆਂ ਜਾਂ ਸਰਕਾਰੀ ਯੂਨੀਵਰਸਿਟੀਆਂ ਨੇ ਜਾਂ ਸਰਕਾਰੀ ਕਾਲਜਸ ਨੇ ਜਾਂ ਸਰਕਾਰੀ ਸਕੂਲ ਨੇ ਉਹਨਾਂ ਦੇ ਵੱਲ ਧਿਆਨ ਦੇਣ ਔਰ ਉਹਨਾਂ ਦੇ ਵਿੱਚ ਜਿਹੜੇ ਵੀ ਬੱਚੇ ਪੜਦੇ ਨੇ ਜਿਹੜੇ ਵੀ ਪਰਿਵਾਰਾਂ ਦੇ ਬੱਚੇ ਪੜਦੇ ਨੇ ਉਹਨਾਂ ਨੂੰ ਕੋਈ ਨਾ ਕੋਈ ਸਹੂਲਤਾ ਦੇ ਨਾ ਕਿ ਫੀਸਾਂ ਵਧਾ ਕੇ ਜਿਹੜਾ ਹੈਗਾ ਤੁਸੀਂ ਜਾਂ ਹੋਰ ਉਹਨਾਂ ਦੇ ਉੱਤੇ ਕੱਟ ਲਾ ਕੇ ਉਹਨਾਂ ਦੇ ਫੰਡਿੰਗ ਦੇ ਉੱਤੇ ਕੱਟ ਲਾ ਕੇ ਤੁਸੀਂ ਇਹਨਾਂ ਸੰਸਥਾਵਾਂ ਨੂੰ ਖਤਮ ਕਰਨ ਦੇ ਵੱਲ ਤੁਲ ਤੁਲੋ ਸੋ ਇਸ ਕਰਕੇ ਇਹਨਾਂ ਇਹਨਾਂ ਤੋਂ ਗੁਰੇਜ਼ ਕਰਨ ਦੀ ਲੋੜ ਹੈ ਸਰ ਤੁਸੀਂ ਸਾਡੇ ਨਾਲ ਇਹਨਾਂ ਮਸਲਿਆਂ ਦੇ ਉੱਤੇ ਵਿਚਾਰ ਸਾਂਝੇ ਕੀਤੇ ਨੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਸ਼ੁਕਰੀਆ ਜੀ ਤਾਂ ਐਸਨ ਸਾਡੇ ਨਾਲ ਪ੍ਰੋਫੈਸਰ ਡਾਕਟਰ ਭੀਮਿੰਦਰ ਜੀ ਜਿਨ੍ਹਾਂ ਨੇ ਆਪਣੀ ਵਿਵਕੀ ਦੇ ਨਾਲ ਇਹ ਗੱਲਾਂ ਰੱਖੀਆਂ ਨੇ ਵਿਚਾਰ ਸਾਂਝੇ ਕੀਤੇ ਨੇ ਕਿ ਯੂਨੀਵਰਸਿਟੀਆਂ ਨੂੰ ਕਿਵੇਂ ਬਚਾਇਆ ਜਾਣਾ ਚਾਹੀਦਾ ਹੈ ਸਿਆਸਤ ਦੇ ਅੰਦਰ ਹੋਣਾ ਕੀ ਚਾਹੀਦਾ ਹੈ ਔਰ ਹੋ ਕੀ ਰਿਹਾ ਇਹ ਸਾਰੀਆਂ ਗੱਲਾਂ ਨੂੰ ਮੋੜਾ ਦੇਣ ਲਈ ਹੱਲ ਹੈ ਜਿਹੜਾ ਰਾਜਨੀਤੀ ਵਿੱਚ ਪਿਆ ਹੈ ਔਰ ਸਾਰੇ ਮਸਲਿਆਂ ਦੇ ਹੱਲ ਸੰਭਵ ਨੇ ਜੇਕਰ ਨੀਅਤ ਤੇ ਨੀਤੀ ਸਾਫ਼ ਹੋਵੇ ਤਾਂ ਸਭ ਕੁਝ ਹੋ ਸਕਦਾ ਉਸ ਦੇ ਉੱਤੇ ਇੱਛਾ ਸ਼ਕਤੀ ਦੇ ਨਾਲ ਕੰਮ ਕਰਨ ਦੀ ਬੇਹੱਦ ਜ਼ਰੂਰਤ ਹੈ ਸਮੇਂ ਦੀ ਬਹੁਤ ਜ਼ਿਆਦਾ ਲੋਡ ਬਣ ਗਈ ਹੈ ਸਾਨੂੰ ਉਮੀਦ ਹੈ ਕਿ ਮੁੱਖ ਮੰਤਰੀ ਦੇ ਕੋਲ ਜਦੋਂ ਇਹ ਗੱਲ ਪਹੁੰਚੇਗੀ ਤਾਂ ਇਸ ਦੇ ਉੱਤੇ ਧਿਆਨ ਕੇਂਦਰਿਤ ਕਰਨਗੇ ਔਰ ਇਹਨਾਂ ਵਿਦਿਆਰਥੀਆਂ ਵੱਲ ਇਹਨਾਂ ਮਸਲਿਆਂ ਵੱਲ ਧਿਆਨ ਦੇ ਕੇ ਇਹਨਾਂ ਦਾ ਹੱਲ ਵੀ ਜ਼ਰੂਰ ਕੱਢਣਗੇ ਔਰ ਇਸ ਨੂੰ ਲਾਗੂ ਵੀ ਕਰਨਗੇ ਸਾਥੀ ਕੈਮਰਾਮੈਨ ਗੁਰਵਿੰਦਰ ਸਿੰਘ ਦੇ ਨਾਲ ਸੰਦੀਪ ਲਾਦੂ ਕਾ ਦਸਮਰ ਨਿਊਜ਼ ਪੰਜਾਬੀ ਯੂਨੀਵਰਸਿਟੀ ਪਟਿਆਲਾ फ्रीडम शोल्डर और कमर के दर्द से फ्रीडम सुबह के चिड़चिड़ेपन से हमें पता है आठ घंटों की सुकून वाली नींद कितनी जरूरी है अब अपने ही घर में किसी फाइव स्टार होटल के लग्जूरियस मैट्रेस पर आने वाली शानदार नींद के लिए चुनें फ्रीडम मैट्रेस कंफर्टेबल, लॉन्ग लास्टिंग वैल्यू फॉर मनी और लाइफ टाइम वारंटी के साथ नेक्स्ट जनरेशन मैट्रेस फ्रीडम मैट्रेस